ਭਾਰਤੀ ਹਾਕੀ ਨੂੰ ਉਚਾਈਆਂ ਤੇ ਪਹੁੰਚਾਉਣ ਵਾਲੇ 올림픽িয়ান ਬਲਬੀਰ ਸਿੰਘ ਸੀਨੀਅਰ ਨਹੀਂ ਰਹੇ ਪਰ ਉਹਨਾਂ ਦੀ ਇੱਕ ਖੁਆਇਸ਼ ਵੀ ਉਹਨਾਂ ਦੇ ਨਾਲ ਹੀ ਹਮੇਸ਼ਾ ਲਈ ਖਾਮੋਸ਼ ਹੋ ਗਈ ਹੈ। ਉਹਨਾਂ ਦੇ ਅਮੀਰ ਇਤਿਹਾਸ ਦੀਆਂ ਨਿਸ਼ਾਨੀਆਂ ਹੁਣ ਹਮੇਸ਼ਾ ਲਈ ਇਤਿਹਾਸ ਬਣ ਗਈਆਂ ਹਨ। ਐਨਆਈਐਸ ਪਟਿਆਲਾ ਵਿੱਚ ਨਵੀਂ ਪਨੀਰੀ ਨੂੰ ਉਤਸ਼ਾਹਿਤ ਕਰਨ ਲਈ ਰੱਖੇ ਉਹਨਾਂ ਦੇ ਬਲੇਜ਼ਰ ਅਤੇ ਮੈਡਲ ਕਦੇ ਨਹੀਂ ਮਿਲ ਸਕੇ। ਹਾਲਾਂਕਿ ਉਹਨਾਂ ਦੀ ਦਿਲ ਦੀ ਖੁਆਇਸ਼ ਸੀ ਕਿ ਇੱਕ ਵਾਰ ਉਹਨਾਂ ਨੂੰ ਉਹ ਜ਼ਰੂਰ ਦੇਖਣਾ ਚਾਹੁੰਦੇ ਨੇ। ਸੋਮਵਾਰ ਨੂੰ ਉਹਨਾਂ ਨੇ ਆਪਣੀ ਚੰਡੀਗੜ੍ਹ ਵਿੱਚਲੀ ਰਿਹਾਇਸ਼ ਤੇ ਅੰਤਿਮ ਸਾਲ ਹੈ ਤਾਂ ਉਹਨਾਂ ਦੀ ਇਹ ਖਵਾਇਸ਼ ਵੀ ਉਹਨਾਂ ਦੇ ਨਾਲ ਹੀ ਸਦਾ ਲਈ ਖਤਮ ਹੋ ਗਈ ਪਰ ਭਾਰਤੀ ਹੌਕੀ ਦੇ ਅੰਬਰ ਦਾਇ ਤਾਰਾ ਸ਼ਾਹਕਾਰ ਖਿਡਾਰੀ ਹਮੇਸ਼ਾ ਆਪਣੀ ਸ਼ਾਹਕਾਰ ਖੇਡ ਲਈ ਜਾਣਿਆ ਜਾਂਦਾ ਰਹੇਗਾ ਜ਼ਿਕਰ ਖਾਸ ਹੈ ਕਿ 20 ਵਰਿਆਂ ਬਾਅਦ 2018 ਵਿੱਚ ਪੁਲਿਸ ਨੇ ਐਨਆਈਐਸ ਅਫੀਸ਼ੀਅਲ ਵੱਲੋਂ ਕੀਤੀ ਸ਼ਿਕਾਇਤ ਤੇ ਐਫਆਰ ਦਰਜ ਕੀਤੀ ਸੀ ਕਿ ਬਲਬੀਰ ਸਿੰਘ ਸੀਨੀਅਰ ਦੇ ਬਲੇਜ਼ਰ ਅਤੇ ਮੈਡਲ ਗਾਇਬ ਹਨ ਜੋ ਚੋਰੀ ਹੋ ਚੁੱਕੇ ਹਨ ਉਹਨਾਂ ਦੇ ਮੈਡਲ ਸਮੇਤ ਪਦਮਸ਼੍ਰੀ ਐਵਾਰਡ ਉਹਨਾਂ ਦਾ ਮੈਲਬੌਰਨ 올ੰਪੀਅਨ ਬਲੇਜ਼ਰ ਜਦੋਂ ਉਹਨਾਂ ਨੇ ਭਾਰਤੀ ਹਾਕੀ ਟੀਮ ਦੀ ਅਗਵਾਈ ਕੀਤੀ ਸੀ 36 ਮੈਡਲ ਜਿਸ ਵਿੱਚ ਟੋਕੀਓ ਏਸ਼ੀਆ 1958 ਦਾ ਸਿਲਵਰ ਮੈਡਲ ਆਦੇ 100 ਦੇ ਕਰੀਬ ਦੁਰਲੱਭ ਫੋਟੋ ਸਨ ਜਿਨ੍ਹਾਂ ਨੂੰ দান ਵਿੱਚ ਇਸ ਖੇਡ ਆਧਾਰੇ ਨੂੰ ਦਿੱਤੀਆਂ ਸਨ ਉਹ ਦੁਬਾਰਾ ਨਹੀਂ ਵੇਖਿਆ ਜਾ ਸਕੀਆਂ ਕਿੱਧਰ ਗਈਆਂ ਕਿਸੇ ਨੂੰ ਕੋਈ ਇਲਮ ਨਹੀਂ ਐਸਓਆਈ ਸਟਾਫ ਦਾ ਰੋਲ ਵੀ ਸਿੰਸਲੇ ਵਿੱਚ ਜਾਂਚ ਦੀ ਮੰਗ ਕਰਦਾ ਹੈ ਇਹ ਵੀ ਸਾਹਮਣੇ ਆਇਆ ਕਿ ਸਾਈ ਅਫੀਸ਼ੀਅਲ ਵੱਲੋਂ ਸਟਾਫ ਨੂੰ ਬਚਾਇਆ ਜਾ ਰਿਹਾ ਹੈ ਕਿ ਕਈ ਸਾਲ ਇਸ ਮਾਮਲੇ ਦੀ ਜਾਂਚ ਹੀ ਠੰਡੇ ਬਸਤੇ ਵਿੱਚ ਪਾਈ ਰੱਖੀ ਗਈ ਇਸ ਲਈ ਇੱਕ ਰਿਪੋਰਟ ਤੱਕ ਦਰਜ ਕਰਨ ਵਿੱਚ ਦੋ ਦਹਾਕੇ ਲੱਗੇ ਅਤੇ ਪੁਲਿਸ ਨੇ ਐਫਆਈਆਰ ਦਰਜ ਕਰਨ ਵਿੱਚ ਵੀ ਲੰਬਾ ਸਮਾਂ ਲਾ ਦਿੱਤਾ ਇੱਕ ਸਾਬਕਾ ਐਨਆਈਐਸ ਸਟਾਫ ਦਾ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਇਹ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਚੋਰੀ ਹੋਈਆਂ ਜਾਂ ਗਵਾਚੀਆਂ ਆਈਟਮ ਕਮਾਂਤਰੀ ਮਾਰਕੀਟ ਵਿੱਚ ਪਹੁੰਚ ਚੁੱਕੀਆਂ ਹੋਣ ਅਤੇ ਬੋਲੀ ਵਿੱਚ ਵਿਕ ਵੀ ਚੁੱਕੀਆਂ ਹੋਣ 1985 ਵਿੱਚ ਸਾਬਕਾ 올ੰਪੀਅਨ ਸੀਨੀਅਰ ਬਲਬੀਰ ਸਿੰਘ ਨੇ ਆਪਣੇ ਮੈਡਲ ਸਮੇਤ ਇੱਕ ਕੀਮਤੀ ਚੀਜ਼ਾਂ ਐਸਆਈਏ ਦੇ ਸੈਕਟਰੀ ਨੂੰ ਦਿੱਤੀਆਂ ਸਨ ਜਿਸ ਵਿੱਚ ਉਹਨਾਂ ਦੇ ਮੈਡਲ ਸਮੇਤ ਬਲੇਦਰ ਸ਼ਾਮਿਲ ਸੀ ਇਹ ਦਿੱਲੀ ਵਿੱਚ ਪ੍ਰਸਤਾਵਿਤ ਖੇਡ ਮਿਊਜ਼ੀਅਮ ਵਿੱਚ ਰੱਖੀਆਂ ਜਾਣੀਆਂ ਸਨ ਪਰ 2012 ਲੰਡਨ 올ੰਪਿਕ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਤੱਥ ਸਾਹਮਣੇ ਆਏ ਕਿ ਸਾਈ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਕਿ ਸਭ ਹੱਤੇ ਹਨ ਜਿਹੜੇ ਖਾਸ ਹੈ ਕਿ ਸੋਮਵਾਰ ਨੂੰ ਹੌਕੀ ਦੇ ਇਸ ਸ਼ਾਸਵਾਰ ਬਲਬੀਰ ਸਿੰਘ ਸੀਨੀਅਰ ਨੇ ਆਖਰੀ ਸਾਲ ਹੈ ਉਹਨਾਂ ਦੇ ਦੇਹਾਂਤ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ ਪਰ ਇਸ ਦਰਮਿਆਨ ਇੱਕ ਵੱਡਾ ਪੇਤ ਉਹਨਾਂ ਦੀ ਮੌਤ ਦੇ ਨਾਲ ਹੀ ਸਦਾ ਲਈ ਖਾਮੋਸ਼ ਹੋ ਗਿਆ ਉਹਨਾਂ ਵੱਲੋਂ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਉਹਨਾਂ ਦੇ ਮੈਡਲ ਉਹਨਾਂ ਦੇ ਇਤਿਹਾਸਿਕ ਪਲ ਸਭ ਇਤਿਹਾਸ ਬਣ ਕੇ ਰਹਿ ਗਏ ਹਨ ਪਰ ਹੌਕੀ ਦੇ ਆਸਮਾਨ ਦਾ ਇਹ ਤਾਰਾ ਹਮੇਸ਼ਾ ਆਪਣੀ ਰੋਸ਼ਨੀ ਬਖੇਰਦਾ ਰਹੇਗਾ ਤੇ ਗਲੋਬ ਐਡਵਾਈਸ ਓਵਰਸੀਡ এডਿਊਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ